ਕੀ ਰਿਹਾ ਸੀ? ਉਹ ਤਾਂ ਇੱਕ ਸਿੰਪਲ ਐਕਸੀਡੈਂਟ ਸੀ। ਜਿਹਨੂੰ ਦੱਸ ਰਿਹਾ ਨਾ, ਉਹਨੂੰ ਪੰਜਾਬੀ ਨਹੀਂ ਆਉਂਦੀ। ਐਕਸੀਡੈਂਟ ਕਿਸ ਜਗ੍ਹਾ ਤੇ ਹੋਇਆ? ਬਿਲਕੁਲ ਸੜਕ ਦੇ ਵਿੱਚੋਂ ਵਿੱਚ। ਹੈਲੋ ਬ੍ਰਦਰਸ, ਮੇਰਾ ਨਾ ਇੱਕ ਫਰੈਂਡ ਹੈ, ਉਹ ਤੁਹਾਨੂੰ ਤਿੰਨਾਂ ਨੂੰ ਮਿਲਣਾ ਚਾਹੁੰਦਾ ਸਾਡੇ ਵਿਆਹ ਦੀ ਗੱਲ ਕਰਨ ਲਈ। ਮੇਰੇ ਡੈਡ ਦਾ ਨਾਮ ਸਰਦਾਰ ਸ਼ਮਸ਼ੇਰ ਸਿੰਘ ਬਰਾੜ ਹੈ। ਮੇਰੇ ਡੈਡ ਨੂੰ ਹੈਂਡੀਕੈਪ ਲੋਕਾਂ ਤੋਂ ਪ੍ਰੋਬਲਮ ਹੈ। ਜੇ ਮੇਰੇ ਡੈਡ ਤੋਂ ਤੁਹਾਡੀ ਆਹ ਪ੍ਰੋਬਲਮ ਲੁਕੋ ਲਈਏ ਤਾਂ ਸਾਡਾ ਵਿਆਹ ਹੋ ਸਕਦਾ। ਆਪਣੀ ਭੈਣ ਦੀ ਖੁਸ਼ੀ ਕਰਕੇ ਜੇ ਆਪਾਂ ਨੂੰ ਦੋ ਚਾਰ ਝੂਠ ਬੋਲਣੇ ਵੀ ਪੈ ਗਏ, ਇਹਦੇ 'ਚ ਕੀ ਗਲਤ ਹੈ ਯਾਰ? ਸਤਿ ਸ਼੍ਰੀ ਅਕਾਲ ਅੰਕਲ ਜੀ, ਹੋਰ ਕਿਵੇਂ ਹੋ ਜੀ? ਬਹੁਤ ਤਕੜਾ ਜੀ ਮੈਂ। ਉਹ ਅੱਛਾ ਜੀ, ਇਸ ਉਮਰ ਜਾ ਕੇ ਥੋੜੀਆਂ ਬਹੁਤੀਆਂ ਪ੍ਰੋਬਲਮਾਂ ਤਾਂ ਹੋ ਹੀ ਜਾਂਦੀਆਂ ਜੀ, ਤੁਸੀਂ ਦੇਸੀ ਦਵਾਈ ਕਿਉਂ ਨਹੀਂ ਸ਼ੁਰੂ ਕਰਦੇ ਜੀ? ਮੇਰੀ ਇੱਕ ਰੀਲ ਬਣਾਓਗੇ? ਹਾਂ ਹਾਂ, why not? ਕੀ ਹੈ, ਕਿੱਦਾਂ ਦੀ ਵੀਡੀਓ ਬਣਾ ਰਹੇ ਹੋ ਤੁਸੀਂ? ਮੈਂ ਐਕਚੁਅਲੀ ਜਦੋਂ ਵੀ ਬਣਾਉਣਾ ਨਾ, ਮੈਂ 360 ਕਵਰ ਕਰਦਾ। ਸਿੱਧੇ ਬੰਦਿਆਂ ਦਾ ਜੀ ਮਸਾਕ ਨਹੀਂ ਉਡਾਈਦਾ। ਉਹ ਤੇਰੇ ਪਿਓ ਨੇ ਮੇਰੀ ਧੀ ਦਾ ਰਿਸ਼ਤਾ ਇਸ ਲਈ